ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਸਵਾਗਤ ਕੀਤਾ ਹੈ, ਜਦਕਿ ਪੰਜਾਬ ਸਰਕਾਰ ਦੇ 2 ਸਾਲਾਂ ਨੂੰ ਉਹਨਾਂ ਨੇ ਨਾਕਾਮ ਕਰਾਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਅਸਫਲ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਗਿੱਲ ਵਿਧਾਨ ਸਭਾ ਖੇਤਰ ਦੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ। ਕਰਤਾਰਪੁਰ ਕੋਰੀਡੋਰ ਕੋ ਲੈ ਕੇ ਜੋ ਕੱਲ ਮੀਟਿੰਗਾਂ ਚਾਲੂ ਹੋਈ ਹੈ, ਉਸ ਬਾਰੇ ਮੈਂ ਕਿਆ ਕਹਿੰਦਾ ਹਾਂ। ਬਹੁਤ ਅੱਛੀ ਬਾਤ ਹੈ, ਕਿਉਂਕਿ ਇਹ ਬਹੁਤ ਦੇਰ ਸੇ ਸਿੱਖੋਂ ਕੀ ਡਿਮਾਂਡ ਸੀ ਔਰ ਮੋਦੀ ਸਾਹਿਬ ਨੇ ਇਤਿਹਾਸਿਕ ਡਿਮਾਂਡ ਪੂਰੀ ਕੀ ਹੈ। ਮੈਂ ਪ੍ਰਧਾਨ ਮੰਤਰੀ ਕਾ ਵੀ ਸ਼ੁਕਰਾਨਾ ਕਰਨਾ ਚਾਹਤਾ ਹੂੰ ਕਿ ਪੰਜਾਬੀਓ ਤਰਫ ਸੇ ਔਰ ਸਿੱਖੋਂ ਕੀ ਤਰਫ ਸੇ। 2 ਸਾਲ ਪੂਰੇ ਹੋਣ ਤੇ ਕੀ ਕਹਿਣਾ ਚਾਹੂੰਗਾ? 2 ਸਾਲ ਤਬਾਹੀ ਲਿਆਂਦੀ ਹੈ ਪੰਜਾਬ 'ਚ, ਲੋਕੀ ਇੰਨੇ ਦੁਖੀ ਹੈ ਕਿ ਸੋਚਦੇ ਆ ਕਿ ਜੇ 2 ਸਾਲ ਦੇ ਬਾਅਦ ਆਪ ਹੀ ਅਸਤੀਫਾ ਦੇ ਦੇ ਕੈਪਟਨ ਅਮਰਿੰਦਰ ਸਿੰਘ ਤਾਂ ਬਹੁਤ ਪੰਜਾਬ ਸੁੱਕੀ ਹੋ ਜੂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।